ਸਾਰੀ ਰਲ ਕੇ ਆਪਾਂ ਜੀ ਇਹ ਪਾਵਨ ਬਾਣੀ ਦਾ ਜਾਪ ਕਰਕੇ ਸਮਾਪਤੀ ਕਰੀਏ। ਰਾਮ ਕਲੀ ਮਹਲਾ ਤੀਜਾ ਓਂਕਾਰ ਸਤਿ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਗੁਰ ਕਾ ਪਾਇਆ ਸਹਿਜ ਸੇਤੀ ਮਨ ਜੀਆਂ ਪਰਵਾਜਾ ਆਵੇ ਰਦਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਗਾਉ ਹਰੀ ਕੇਲਾ ਮੰਜ ਨੀ ਸਾਲਾ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਸਦਾ ਗੁਰੂ ਹਰਿ ਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰ ਸਭ ਨਾਗਣਾ ਸਮਰਤ ਸੁਆਮੀ ਸੁਖਮਨੋ ਵਿਸਾਰੀ ਕਹਿ ਹੈ ਨਾਨਕ ਮਨ ਸਦਾ ਜੋ ਹਰਿ ਨਾਲੇ ਸਾਕੇ ਸਾਹਿਬਾ ਕਿਆ ਨਾਹੀ ਕਰਦੇ ਹੈ ਆਉਂਦੇ ਹੈ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿੱਖ ਸਲਾਹੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਹੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨਮ ਸਭ ਦਾ ਬਣਾ ਅਸ਼ਾਂਤ ਸੁਖ ਮਨ ਅਰਸ ਅਜ ਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਕੁਰ ਜਿੰਦੀਆਂ ਇਹ ਮਟਿਆ ਜਾਹਾਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਜੋ ਪਿਆ ਸਾਚਾ ਨਾਮ ਮੇਰਾ ਯਹਾਰੂ ਅਜੇ ਮਨ ਸ਼ਬਦ ਤਿਤ ਕਰ ਸਮਾਗੈ ਕਰ ਸਮਾਗੈ ਸ਼ਬਦ ਵਾਜੇ ਕਲਾ ਜੀ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਝ ਜਨ ਕੋ ਸਿਨਾਮ ਹਰ ਕੇ ਰਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਬਾਜੀ ਆਨੰਦ ਸੁਣੋ ਮਟ ਭਾਗੀ ਮਨੋਰਥ ਪੂਰੇ ਪਾਰ ਕਰਮ ਪ੍ਰਭ ਪਾਇਆ ਤਿਤ ਦੇ ਸਗਲ ਵਿਸੂਏ ਰੋਗ ਸੰਪਾ ਪੁੱਤਰੇ ਸੁਣੀ ਸੱਚੀ ਬਾਣੀ ਬਾਣੀ ਸਤ ਸਾਜ ਪੈ ਸਰਸੇ ਪੂਰੇ ਪੁੱਤਰ ਜਾਣੀ ਤੇ ਪੁਨਿਤ ਕਹਤੇ ਪਵਿੱਤ ਸਤ ਗਿਆ ਪੂਰੇ ਅੰਤ ਨਦ ਗੁਰ ਚਰਨ ਵਾਸੇ ਅਨੰਦ ਅਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਾਰਤ ਸਰਾਤ ਦੁਏ ਤਾਈ ਪਾਇਆ ਜਮਿਆਈਆਂ ਬੁਲਿਆਈਆਂ ਅੱਜ ਕਰਮ ਕਪੂਰੇ ਕਰਮੀ ਆਪੋ ਆਪਣੇ ਨਿਰਣੇ ਕੇ ਜਿਨ ਰਾਮ ਦਿਆਇਆ ਗਏ ਮੁਸ਼ਕਤ ਪਾਲੇ ਨਾਮ ਤੇ ਪੂਤਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਕੁਜਲੇ ਕੇਤੀ ਛੁੱਟੀ ਨਾਲ ਗੁਰੂ ਪ੍ਰਸਾਦ ਸਿੰਘ ਜੀ ਭਾਵ ਕੀਰਤਨ ਦੀ ਸਮਾਪਤੀ ਹੈ ਅਤੇ ਨਾਲ ਹੀ ਸਾਧ ਸਿੰਘ ਜੀ ਸਤਿਕਾਰਯੋਗ ਇੱਥੋਂ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਿਨ੍ਹਾਂ ਨੇ ਬੜਾ ਹੀ ਪਿਆਰ ਕੀਤਾ ਬੜਾ ਸਹਿਯੋਗ ਕੀਤਾ ਹੈ ਬੜੇ ਪਿਆਰ ਦੇ ਨਾਲ ਦਾਸਾਂ ਦੇ ਨਾਲ ਵਿਚਰਨਾ ਸੀ ਇਹਨਾਂ ਦੀ ਵੀ ਬਹੁਤ ਰਹਿਣੀ ਹੈ ਸਾਧ ਸਿੰਘ ਜੀ ਅਤੇ ਨਾਲ ਹੀ ਸਾਡੇ ਸਹਿਯੋਗੀ ਜਥਾ ਜਿਹੜਾ ਹੈ ਭਾਈ ਨਵਨੀਤ ਸਿੰਘ ਜੀ ਉਹਨਾਂ ਨੇ ਵੀ ਬੜੇ ਪਿਆਰ ਦੇ ਨਾਲ ਸਤਿਕਾਰ ਕੀਤਾ ਹੈ ਸਤਿਗੁਰੂ ਜੀ ਸੰਗਤ ਵਿੱਚ ਇਹਨਾਂ ਨੂੰ ਵੀ ਸਤਿਕਾਰ ਬਖਸ਼ਿਸ਼ ਕਰਨ ਆਓ ਫਤਿਹ ਦੀ ਸਾਹਿਬ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ